ਤੁਸੀਂ ਅਕਸਰ ਕਈ ਵੀਡੀਓ ਦੇਖੀਆਂ ਹੋਣੀਆਂ ਜਿਹਦੇ ਵਿੱਚ ਇਹ ਕਿਹਾ ਗਿਆ ਵੀ ਕੈਨੇਡਾ ਦੇ ਵਿੱਚ ਅਸੀਂ ਕੰਮ ਕਰਦੇ ਸੀਗੇ ਤੇ ਸਾਡੇ ਓਨਰ ਨੇ ਪੈਸੇ ਮਾਰ ਲਏ ਪਿੱਛੇ ਜੇ ਤੁਸੀਂ ਟਰੱਕਾਂ ਵਾਲਿਆਂ ਦੀਆਂ ਬੜੀਆਂ ਵੀਡੀਓ ਦੇਖੀਆਂ ਹੋਣੀਆਂ ਜਿਹਦੇ ਵਿੱਚ ਲੋਕੋ ਧਰਨਾ ਵੀ ਲਾ ਰਹੇ ਆ ਹਨਾ ਟਰੱਕਾਂ ਵਾਲਿਆਂ ਦੀਆਂ ਕੰਪਨੀਆਂ ਦੇ ਅੱਗੇ ਕਿ ਇਹ ਬੰਦੇ ਨੇ ਸਾਡੇ ਪੈਸੇ ਮਾਰ ਲਏ ਆ ਕੀ ਐਦਾਂ ਹੁੰਦਾ ਕਿਉਂ ਹੁੰਦਾ ਕਿਉਂ ਲੋਕੀ ਪੈਸਾ ਮਾਰਦੇ ਆ ਕੋਈ ਐਦਾਂ ਦਾ ਤਰੀਕਾ ਨਹੀਂ ਹੈਗਾ ਵੀ ਪੈਸੇ ਕਢਾਏ ਜਾਣ ਕੈਨੇਡਾ ਤਾਂ ਬਹੁਤ ਸੇਫ ਆ ਇੱਥੇ ਤਾਂ ਕਹਿੰਦੇ بڑے ਕਾਨੂੰਨ ਨੇ ਪਰ ਐਦਾਂ ਕਿਉਂ ਹੁੰਦਾ ਹਰੇਕ ਬੰਦੇ ਦੇ ਪੈਸੇ ਮਾਰੇ ਜਾਂਦੇ ਨੇ ਤੇ ਜਦੋਂ ਪੈਸੇ ਮਾਰਦੇ ਨੇ ਤੇ ਉਦੋਂ ਬੰਦੇ ਤੇ ਕੀ ਬੀਤਦੀ ਹੈ ਕਿਉਂਕਿ ਬੰਦਾ ਬਹੁਤ ਹਾਰਡ ਵਰਕ ਕਰਦਾ ਤੇ ਸਾਡੇ ਨਾਲ ਵੀ ਇਹ ਚੀਜ਼ ਹੋਈ ਆ ਹਰੇਕ ਬੰਦੇ ਨਾਲ ਹੀ ਮੰਨ ਲਾ ਦੇ ਚੀਜ਼ ਹੋਈ ਆ ਪਵਨ ਨਾਲ ਹੋਈ ਆ ਮੇਰੇ ਨਾਲ ਹੋਈ ਆ ਅਸੀਂ ਵੀ ਆਪ ਦਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਤੁਹਾਨੂੰ ਐਂਡ ਦੇ ਕੋਸ਼ਿਕ ਟਿਪਸ ਵੀ ਦੇ ਸਕਦੇ ਆ ਹਨਾ ਵੀ ਤੁਸੀਂ ਆਪਣਾ ਪੈਸਾ ਮਰਨ ਤੋਂ ਕਿਵੇਂ ਬਚਾ ਸਕਦੇ ਹੋ ਸੋ ਪਹਿਲਾਂ ਆਪਾਂ ਗੱਲਬਾਤ ਕਰਦੇ ਕਿ ਜਿਵੇਂ ਤੁਹਾਨੂੰ ਸਭ ਨੂੰ ਪਤਾ ਕਿ ਪਹਿਲਾਂ ਜਦੋਂ ਕੈਨੇਡਾ ਦੇ ਵਿੱਚ ਸਟੂਡੈਂਟ ਆਉਂਦਾ ਸੀਗਾ ਤੇ ਉਹ 20 ਘੰਟੇ ਕੰਮ ਕਰ ਸਕਦਾ ਹੁੰਦਾ ਸੀ ਸਰਕਾਰ ਵੱਲੋਂ ਹਨਾ ਚਲੋ ਹੁਣ ਤੱਕ ਗਵਰਨਮੈਂਟ ਨੇ ਕਹ ਦਿੱਤਾ ਕਿ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ ਸੋ ਜਦੋਂ ਆਪਾਂ 20 ਘੰਟੇ ਕੰਮ ਕਰਦੇ ਹਾਂ ਤੇ ਉਹਦੇ ਨਾਲ ਆਪਣਾ ਖਰਚਾ ਮਸਾ ਨਿਕਲਦਾ ਤੇ ਆਪਾਂ ਨੂੰ ਕਈ ਵਾਰ ਹੁੰਦਾ ਵਾ ਕਿ ਚਲ ਜੇ ਮੈਨੂੰ ਕਿਤੇ ਕੈਸ਼ ਕੁਛ ਤੇ ਕੰਮ ਮਿਲ ਜਾਵੇ ਤਾਂ ਮੈਂ ਥੋੜਾ ਬਹੁਤਾ ਐਕਸਟਰਾ ਪੈਸੇ ਬਣਾ ਲਵਾਂ ਹਰੇਕ ਨੂੰ ਹੁੰਦਾ ਵਾ ਸੋ ਜਦੋਂ ਆਪਾਂ ਕੈਸ਼ ਤੇ ਕੰਮ ਕਰਦੀਆਂ ਤੇ ਉਹਦੇ ਕੋਲੇ ਆਪਣੇ ਕੋਲੇ ਕੁਝ ਲਿਮਟਿਡ ਆਪਸ਼ਨਸ ਹੁੰਦੀਆਂ ਵਾ ਜਾਂ ਤਾਂ ਰੈਸਟੋਰੈਂਟ ਹੁੰਦੀ ਆ ਕੁੜੀਆਂ ਵਾਸਤੇ ਤੇ ਮੁੰਡਿਆਂ ਵਾਸਤੇ ਚਲੋ ਟਰਕਿੰਗ ਹੋ ਗਈ ਹੈਨਾ ਜਾਂ ਬਸ ਮਤਲਬ ਕਿ ਆਪਣੇ ਲੋਕਾਂ ਦੇ ਜਿਹਨਾਂ ਨੇ ਬਿਜ਼ਨਸ ਖੋਲੇ ਹੋਏ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਇਹ ਜਿਹੜੇ ਦੋ ਨੰਬਰ ਦੇ ਕੰਮ ਆ ਆਪਣੇ ਲੋਕਾਂ ਨੂੰ ਥੋੜੇ ਜਿਹਾ ਜ਼ਿਆਦਾ ਇਹ ਪਤਾ ਹੁੰਦੇ ਆ ਇਸੇ ਕਰਕੇ ਲੋਕ ਜਿਹੜੇ ਫਿਰ ਆਪਣੇ ਸਟੂਡੈਂਟ ਵੀ ਆ ਉਹ ਵੀ ਕਹਿੰਦੇ ਵੀ ਸਾਡੇ ਬੰਦਿਆਂ ਕੋਲੇ ਲੱਗ ਜਾਣੇ ਆਗੇ ਤੇ ਚਲੋ ਕੈਸ਼ ਤੇ ਪੈਸੇ ਆਪ ਨੂੰ ਮਿਲੀ ਜਾਣਗੇ ਤੇ ਉਹਦੇ ਨਾਲ ਮੇਰਾ ਖਰਚਾ ਨਿਕਲ ਜਾਊਗਾ ਮੇਰੀਆਂ ਫੀਸਾਂ ਨਿਕਲ ਜਾਣੀਆਂ ਪਰ ਜ਼ਰੂਰ ਹੋਇਆ ਉਹ ਬਹੁਤ ਵਿਜ਼ਟਰਸ ਵੀ ਆਈ ਸੀ ਕਿ ਜਿਹੜੇ ਇੱਥੇ ਆਉਂਦੇ ਆ ਘੁੰਮਣ ਫਿਰਨ ਦੇ ਲਈ ਤਾਂ ਕਈ ਵਾਰ ਚਲੋ ਕਿ ਸਦੀ ਮਜਬੂਰੀ ਹੁੰਦੀ ਹੈ ਤੇ ਬੰਦਾ ਹੀ ਕਹਿ ਦਿੰਦਾ ਕਿ ਚੱਲ ਮੈਂ ਥੋੜੇ ਬਹੁਤੇ ਪੈਸੇ ਬਣਾ ਲੈਣਾ ਜਾਂ ਕਈ ਵਾਰ ਕਿਸੇ ਦਾ ਘਰ ਟਾਈਮ ਪਾਸ ਨਹੀਂ ਹੁੰਦਾ ਹੈਗਾ ਤੇ ਵਿਜ਼ਟਰ ਵੀ ਨਹੀਂ ਪੱਕੇ ਬੰਦੇ ਨਾਲ ਵੀ ਇਦਾਂ ਹੋਇਆ ਮੇਰੇ ਜਾਣ ਪਛਾਣ ਦੇ ਵਿੱਚ ਇੱਕ ਦੋ ਬੰਦੇ ਹੈਗੇ ਜਿਹੜੇ ਪੱਕੇ ਵੀ ਐ ਤੇ ਉਹਨਾਂ ਨਾਲ ਵੀ ਇਹ ਚੀਜ਼ਾਂ ਹੋਈਆਂ ਨੇ ਸੋ ਇਹ ਪੈਸੇ ਕਿਉਂ ਮਾਰਦੇ ਆ ਹੁਣ ਜਿਵੇਂ ਆਪਾਂ ਸਟੂਡੈਂਟ ਦੀ ਗੱਲ ਕਰੀਏ ਸਟੂਡੈਂਟ ਜਿਵੇਂ 20 ਘੰਟੇ ਕੰਮ ਕਰ ਸਕਦਾ ਉਸ ਤੋਂ ਬਾਅਦ ਉਹ ਲੀਗਲੀ ਤੌਰ ਤੇ 20 ਘੰਟੇ ਕੰਮ ਕਰ ਸਕਦਾ ਹਨਾ ਤੇ ਜਦੋਂ 20 ਘੰਟੇ ਤੋਂ ਵੱਧ ਕੰਮ ਕਰਨਾ ਹੋਊਗਾ ਤੇ ਉਹਨੂੰ ਕੈਸ਼ ਤੇ ਕੰਮ ਕਰਨਾ ਪੈਂਦਾ। ਸੋ ਕੈਸ਼ ਤੇ ਗਾਂਹਾਂ ਬੰਦਾ ਉਹਨੂੰ ਕਹਿੰਦਾ ਮੈਂ ਤੈਨੂੰ ਕੈਸ਼ ਤੇ ਪੈਸੇ ਦੇਵਾਂਗਾ। ਜਿਹਦਾ ਨਾਂ ਦਾ ਕੋਈ ਪ੍ਰੂਫ ਹੁੰਦਾ, ਕੁਝ ਵੀ ਨਹੀਂ ਹੁੰਦਾ ਤੇ ਕਈ ਵਾਰੀ ਇਦਾਂ ਹੁੰਦਾ ਵੀ ਜਿਹੜਾ ਗਾਂਹਾਂ ਵਾਲਾ ਬੰਦਾ ਹੁੰਦਾ ਜਿਹਦੇ ਅੰਦਰ ਬੰਦਾ ਕੰਮ ਕਰ ਰਿਹਾ ਹੁੰਦਾ ਉਹਦੀ ਸੋਚ ਇਨੀ ਘਟੀਆ ਹੁੰਦੀ ਆ ਵੀ ਉਹ ਬੰਦੇ ਤੋਂ ਕੰਮ ਕਰਵਾ ਕੇ ਉਸ ਤੋਂ ਬਾਅਦ ਉਹਨੂੰ ਪੈਸੇ ਨਹੀਂ ਦਿੰਦਾ। ਜਦੋਂ ਕੈਸ਼ ਤੇ ਬੰਦੇ ਨੂੰ ਪੈਸੇ ਨਹੀਂ ਦਿੱਤੇ ਜਾਂਦੇ ਪੇ ਨਹੀਂ ਮਿਲਦੀ ਹਨਾ ਤੇ ਉਹ ਬੰਦੇ ਦੇ ਹੱਥ 'ਚ ਕੁਝ ਨਹੀਂ ਹੁੰਦਾ ਕਿਉਂਕਿ ਕੋਈ ਪ੍ਰੂਫ ਨਹੀਂ ਹੁੰਦਾ ਤੇ ਜਿਹੜਾ ਕਾਟੇ ਕੰਮ ਕੀਤਾ ਸੀਗਾ ਮੈਂ ਤੇਰੀ ਰਿਪੋਰਟ ਕਰ ਦੂੰਗਾ ਤੈਨੂੰ ਮੈਂ ਰਿਪੋਰਟ ਕਰਾ ਦੂੰਗਾ ਤੈਨੂੰ ਮੈਂ ਇਹ ਕਰ ਦੂੰਗਾ ਜਿਹਦੇ ਕਰਕੇ ਕੋਈ ਸਾਡੇ ਅਰਕਾ ਬੱਚਾ ਜਿਹੜਾ ਨਵਾਂ ਆਇਆ ਹੁੰਦਾ ਉਹ ਬੰਦਾ ਸਾਰੇ ਕਾਨੂੰਨਾਂ ਤੋਂ ਵਾਕਫ ਨਹੀਂ ਹੁੰਦਾ ਉਹਨੂੰ ਪਤਾ ਨਹੀਂ ਹੁੰਦੇ ਸਾਰੇ ਕਾਨੂੰਨ ਬਾਰੇ ਤੇ ਉਹ ਕਿਤੇ ਡਰ ਜਾਂਦਾ ਤੇ ਉਹ ਫਿਰ ਕਹਿੰਦਾ ਛੱਡ ਪਰੇ ਜੇ ਮੈਨੂੰ ਨਹੀਂ ਪੈਸੇ ਮਿਲੇ ਤਾਂ ਇਟਸ ਓਕੇ ਹਨਾ ਵੀ ਚੱਲ ਮੈਂ ਕਿਤੇ ਹੋਰ ਕੰਮ ਕਰ ਲੂੰਗਾ ਪਰ ਅਕਸਰ ਇਹ ਚੀਜ਼ ਹੁੰਦੀ ਆ ਹੁਣ ਪਵਨ ਨਾਲ ਵੀ ਇਹ ਚੀਜ਼ ਹੋਈ ਸੀਗੀ ਮੇਰੇ ਨਾਲ ਕੀ ਹੋਇਆ ਸੀਗਾ ਸਾਨੂੰ ਕਾਲਜ ਵੱਲੋਂ 4 ਮਹੀਨੇ ਦੀਆਂ ਛੁੱਟੀਆਂ ਸੀਗੀਆਂ ਸੋ ਜੋ 4 ਮਹੀਨੇ ਦੀਆਂ ਛੁੱਟੀਆਂ ਸੀਗੀਆਂ ਤਾਂ ਆਪਾਂ ਨੇ ਹੁੰਦੇ ਕਿ ਆਪਾਂ ਕੰਮ ਕਰ ਲੀਏ ਹਨਾ ਤੇ ਅਗਲੇ ਸੈਮੈਸਟਰ ਦੀ ਫੀਸ ਕੱਢ ਲਈਏ ਸੋ ਮੈਂ ਜਿਹੜਾ ਲੀਗਲ ਕੰਮ ਆ ਜਿਹੜਾ 2 ਘੰਟੇ ਹਲਾਉ ਤਾਂ ਮੈਂ ਕਰਦੀ ਸੀਗੀ ਤੇ ਉੱਥੇ ਮੈਨੂੰ ਪੂਰੇ ਘੰਟੇ ਨਹੀਂ ਸੀ ਮੈਨ ਰਿਹਾ ਮੈਂ ਵੀ ਸੋਚਿਆ ਮੈਂ ਕਿ ਕਿਚਾ ਮੈਂ ਕਿਤੇ ਰੈਸਟੋਰੈਂਟ ਵਗੈਰੇ ਚ ਟਰਾਈ ਕਰ ਲੈਂਦੀ ਆ ਸੋ ਮੈਂ ਇੱਕ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਲੱਗੀ ਹੈਨਾ ਹਾਲਾਂਕਿ ਮੈਂ ਰਾਤ ਨੂੰ ਜਿਹੜਾ ਹੁੰਦਾ ਸੀਗਾ ਉਹ ਟਿਮ ਹਾਟਾਂ ਤੇ ਕੰਮ ਕਰਦੀ ਹੁੰਦੀ ਸੀਗੀ ਤੇ ਜਿਹੜਾ ਦਿਨੇ ਹੁੰਦਾ ਸੀਗਾ ਮੈਂ ਰੈਸਟੋਰੈਂਟ ਤੇ ਚਲੀ ਜਾਂਦੀ ਸੀਗੀ ਤੇ ਜਦੋਂ ਮੈਂ ਉੱਥੇ ਕੰਮ ਕਰਨ ਲੱਗ ਗਈ ਤੇ ਜਦੋਂ ਮੇਰਾ ਥੋੜਾ ਜਿਹਾ ਟਾਈਮ ਪੂਰਾ ਹੋ ਗਿਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਹੈਨਾ ਮੈਨੂੰ ਪੈਸੇ ਚਾਹੀਦੇ ਆ ਤੇ ਉਹਨੇ ਮੈਨੂੰ ਕਹਿ ਦਿੱਤਾ ਕਹਿੰਦਾ ਕਿ ਲારે ਲੌਣ ਲਾਗੇ ਕਿ ਮੈਂ ਤੈਨੂੰ ਅੱਜ ਦਊਗਾ ਕੱਲ੍ਹ ਦਊਗਾ ਤੇ ਮੈਂ ਉੱਥੋਂ ਕੰਮ ਵੀ ਛੱਡ ਦਿੱਤਾ ਸੀ ਮਤਲਬ ਮੈਂ ਮਹੀਨਾ ਕੀ ਕੰਮ ਕੀਤਾ ਸੀਗਾ ਕਿਉਂਕਿ ਕੀ ਹੁੰਦਾ ਵਾ ਆਪਣੇ ਕਹਿਣਾ ਤਾਂ ਨਹੀਂ ਚਾਹੀਦਾ ਪਰ ਆਪਣੇ ਪੰਜਾਬੀ ਆਨਰਸ ਜਿਹੜੇ ਆ ਨਾ ਜਦੋਂ ਕੁੜੀਆਂ ਰੈਸਟੋਰੈਂਟ ਤੇ ਕੰਮ ਕਰਦੀਆਂ ਤਾਂ ਉਹਨਾਂ ਕੋਲ ਬਹੁਤ ਜ਼ਿਆਦਾ ਕੰਮ ਲੈਂਦੇ ਆ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਪੇ ਵੀ ਨਹੀਂ ਕਰਦੇ ਹੁੰਦੇ ਤੇ ਮੈਂ ਵੀ ਨਕਲਾਇਆ ਤੇ ਮੈਂ ਕੰਮ ਛੱਡ ਦਿੱਤਾ ਤੇ ਮੈਂ ਉਹਦੇ ਕੋਲ ਪੈਸੇ ਮੰਗੇ ਸੋ ਮੈਨੂੰ ਲਾਰੇ ਲਾਉਣ ਲੱਗ ਗਿਆ ਤੇ ਮੇਰੇ ਕੋਲ ਉਹਦਾ ਨੰਬਰ ਵੀ ਸੀ ਜਦੋਂ ਮੈਂ ਉਹਨੂੰ ਕਾਲ ਵੀ ਕਰਾ ਕਾਲ ਵੀ ਨਹੀਂ ਸੀ ਪਿੱਕ ਕਰਦਾ ਸੋ ਮੇਰਾ ਇਹ ਸੀਗਾ ਮਤਲਬ ਮੈਂ ਉਹਦੇ ਰੈਸਟੋਰੈਂਟ ਤੇ ਚਲੇ ਗਈ ਸੀਗੀ ਸੋ ਮੈਂ ਉਹਦੇ ਜਦੋਂ ਰੈਸਟੋਰੈਂਟ ਤੇ ਗਈ ਤੇ ਉੱਤੇ ਫਰੰਟ ਦੇ ਉੱਤੇ ਕੋਈ ਕੁੜੀ ਰੱਖੀ ਹੋਈ ਸੀਗੀ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਇੱਦਾਂ ਮੇਰੇ ਪੈਸੇ ਆ ਉਨੇ ਆਨਨ ਨੂੰ ਫੋਨ ਕੀਤਾ ਤੇ ਆਨਰ ਕਹਿੰਦਾ ਕੋਈ ਗੱਲ ਨਹੀਂ ਮੈਂ ਦੇ ਦੂੰਗਾ ਪਰ ਮੈਂ ਉਹਨੂੰ ਇਹ ਕਹਿੰਦਾ ਸੀ ਮੈਂ ਕਿ ਕਿ ਮੈਂ ਰੈਸਟੋਰੈਂਟ ਤੋਂ ਜਾਣਦੀ ਨਹੀਂ ਹੈਗੀ ਤੇ ਮੈਂ ਕਿਹਾ ਜਿਹੜੇ ਤੇਰੇ ਕਸਟਮਰਸ ਆਣਗੇ ਮੈਂ ਇਹਨਾਂ ਨੂੰ ਵੀ ਦੱਸੂੰਗੀ ਹਨਾ ਵੀ ਤੂੰ ਕਿਵੇਂ ਕਰਦਾ ਮੱਭੀ ਮੈਂ ਤੇਰੇ ਕੋਲ ਮਹੀਨਾ ਕੰਮ ਕੀਤਾ ਸੋ ਫਿਰ ਉਸ ਡਰ ਤੋਂ ਉਹਨੇ ਰਾਈਟਰ ਵੀ ਮੇਰੇ ਅਕਾਊਂਟ ਦੇ ਵਿੱਚ ਪੈਸੇ ਟਰਾਂਸਫਰ ਕਰ ਦਿੱਤੇ ਸੀਗੇ ਪੱਜ ਵਿੱਚ ਮੈਂ ਤਾਂ ਇਹ ਕਰ ਦਿੱਤਾ ਪਰ ਬਹੁਤ ਸਾਰੀਆਂ ਕੁੜੀਆਂ ਹੁੰਦੀਆਂ ਮੈਂ ਜਿਹੜੀਆਂ ਵਿਚਾਰੀਆਂ ਡਰ ਜਾਂਦੀਆਂ ਮੈਨੂੰ ਯਾਦ ਹੈ ਸਾਨੂੰ ਇੱਕ ਇੰਸਟਾਗ੍ਰਾਮ ਦੇ ਉੱਤੇ ਨੇ ਕੁੜੀ ਦਾ ਮੈਸੇਜ ਆਇਆ ਸੀਗਾ ਵੀ ਮੈਂ ਇਹਦਾ ਫਲਾਣੇ ਰੈਸਟੋਰੈਂਟ ਤੇ ਕੰਮ ਕੀਤਾ ਸੀ ਤਾਂ ਮੇਰੇ ਪੈਸੇ ਨਹੀਂ ਮਰੇ ਸੋ ਮੈਂ ਉਹਨੂੰ ਜਾ ਕੇ ਇਹੀ ਕਿਹਾ ਸੀਗਾ ਮੈਂ ਕਿਹਾ ਤੂੰ ਫੋਨ ਨਾ ਕਰ ਸਿੱਧੀ ਰੈਸਟੋਰੈਂਟ ਤੇ ਚਲੇ ਜਾ ਜਿੱਦਨ ਤੂੰ ਸਿੱਧੀ ਜਾਉਂਗੀ ਨਾ ਫੇਰ ਅਗਲਾ ਪੈਸੇ ਦਊਗਾ ਕਿਉਂਕਿ ਚਲੋ ਅਗਦੇ ਨੂੰ ਲੱਗਦਾ ਵਾ ਕਿ ਮੇਰੇ ਚਾਰ ਗਾਕਾ ਦੇ ਸਾਹਮਣੇ ਮੇਰੀ ਬੇਇੱਜ਼ਤੀ ਹੋਊਗੀ ਨਾ ਫੇਰ ਅਗਲਾ ਜਿਹੜਾ ਪੈਸੇ ਆ ਉਹ ਦੇਣ ਨੂੰ ਹਾਂ ਕਰ ਦਿੰਦਾ ਵਾਂ ਜ਼ਿਆਦਾਤਰ ਤੁਸੀਂ ਲੋਕੀ ਜ਼ਿਆਦਾ ਰੈਸਟੋਰੈਂਟ ਵਾਲੇ ਹੋਣਗੇ ਉਹ ਤੁਹਾਡੇ ਪੈਸੇ ਦਾਵਦੇ ਨੇ ਜਾਂ ਟਰੱਕਾਂ ਵਾਲੇ ਸੋ ਇਹਦੇ ਵਿੱਚ ਇਹ ਨਾ ਸੋਚੋ ਵੀ ਆਪਾਂ ਸਾਰੇ ਬੰਦੇ ਨੂੰ ਟਾਰਗੇਟ ਕਰਦੇ ਹਾਂ ਨਾ ਵੀ ਜਿਨ੍ਹਾਂ ਦੇ ਨਾਲ ਵਾਪਰੀ ਹੁੰਦੀ ਆ ਤੇ ਉਹਨਾਂ ਨੂੰ ਤਾਂ ਪਤਾ ਹੀ ਹੁੰਦਾ ਤੇ ਬਹੁਤ ਸਾਰੇ ਲੋਕ ਇਸ ਚੀਜ਼ ਨਾਲ ਐਗਰੀ ਵੀ ਕਰਨਗੇ ਮੈਂ ਵੀ ਇੱਕ ਟਰਕਿੰਗ ਕੰਪਨੀ ਦੇ ਵਿੱਚ ਕੰਮ ਸ਼ੁਰੂ ਕੀਤਾ ਸੀਗਾ ਤੇ ਉਹ ਬੰਦੇ ਕੋਲੇ ਮੈਂ ਲੀਗਲੀ ਕੰਮ ਕਰਦਾ ਸੀ ਕਿਉਂਕਿ ਮੈਂ ਵਰਕ ਪਰਮਿਟ ਤੇ ਸੀ ਫੁੱਲ ਟਾਈਮ ਆਪਾਂ ਕੰਮ ਕਰ ਸਕਦੇ ਸੀ ਮੈਂ ਟਰੱਕ ਚਲਾਉਂਦਾ ਸੀਗਾ ਉਹ ਬੰਦੇ ਕੋਲੇ ਤੇ ਉਹ ਬੰਦਾ ਪਹਿਲੀ ਗੱਲ ਤਾਂ 16 ਕੇ 17 ਡਾਲਰ ਮੈਨੂੰ ਪੇ ਕਰਦਾ ਸੀਗਾ ਤੇ 16 17 ਡਾਲਰ ਉਹਨੇ ਪੇ ਕੀਤੇ ਮੈਨੂੰ ਇਹ ਸੀਗਾ ਵੀ ਚੱਲ ਆਪਾਂ ਫੀਸ ਫੁੱਸਾ ਕੱਢਣੀ ਆ ਨਾ ਮੇਰਾ ਡ੍ਰੌਪ ਚੱਲਦਾ ਸੀ ਚੱਲ ਆਪਾਂ ਫੀਸਾਂ ਕੱਢ ਲਾਂਗੇ ਪੈਸੇ ਪੂਸੇ ਆਪਾਂ ਜੋੜ ਲਈਏ ਉਹ ਬੰਦੇ ਨੇ ਮੈਨੂੰ ਪੈਸੇ ਦਿੱਤੇ ਤਾਂ ਸਹੀ ਪਰ ਰਵਾਰਵਾ ਕੇ ਦਿੱਤੇ ਮੈਂ ਉਹਦੇ ਉਹਦੇ ਕੰਪਨੀ ਦੇ ਵਿੱਚ ਇੰਨੇ ਗੇੜੇ ਮਾਰੇ ਵੀ ਭਾਈ ਮੈਨੂੰ ਪੈਸੇ ਦੇ ਦੇ ਪੈਸੇ ਦੇ ਦੇ ਤੇ ਮਸਾਂ ਮੈਂ ਉਹ ਤੋਂ ਮਿੰਨਤਾਂ ਕਰ ਕਰਕੇ ਪੈਸੇ ਲਏ ਉਹ ਤਾਂ ਚਲੋ ਪੈਸੇ ਦਿੱਤੇ ਉਸ ਤੋਂ ਬਾਅਦ ਮੈਂ ਇੱਕ ਹੋਰ ਕੰਪਨੀ ਦੇ ਵਿੱਚ ਕੰਮ ਸ਼ੁਰੂ ਕੀਤਾ ਤੇ ਮੈਨੂੰ ਕੋਈ ਡਰਨੀ ਇਹ ਚੀਜ਼ ਕਹਿਣ ਦੇ ਵਿੱਚ ਵੀ ਉਹ ਪੰਜਾਬੀ ਦਾ ਪੰਜਾਬੀ ਦੀ ਕੰਪਨੀ ਸੀਗੀ ਚਲੋ ਉਹਦੇ ਕੋਲੇ ਆਪਾਂ ਕੰਮ ਸ਼ੁਰੂ ਕੀਤਾ ਤੇ ਉਹ ਬੰਦੇ ਕੋਲੇ ਮੈਂ 8-9 ਮਹੀਨੇ ਕੰਮ ਕੀਤਾ ਹਨਾ ਤੇ ਉਸ ਤੋਂ ਬਾਅਦ ਕਿਤੇ ਮੇਰੀ ਮੇਰੀ ਗਲਤੀ ਨਹੀਂ ਸੀਗੀ ਗਾਂ ਵਾਲੇ ਬੰਦੇ ਦੀ ਗਲਤੀ ਕਰਕੇ ਵੀ ਮੇਰਾ ਐਕਸੀਡੈਂਟ ਹੋਇਆ ਟਰੱਕ ਵੱਜ ਗਿਆ ਉਹਦੀ ਗੱਡੀ ਦੇ ਵਿੱਚ ਤੇ ਉਹ ਬੰਦੇ ਨੇ ਕੀ ਕੀਤਾ ਕਿ ਮੇਰੇ ਕੁਝ ਪੈਸੇ ਰਹਿੰਦੇ ਸੀ ਉਹ ਉਹਦੇ ਵੱਲ ਹਨਾ ਜਿਵੇਂ ਕੀ ਹੈ ਇੱਥੇ ਜਦੋਂ ਵੀ ਤੁਸੀਂ ਕਿਸੇ ਕੰਪਨੀ ਦੇ ਵਿੱਚ ਮੈਨੂੰ ਲੱਗਦਾ ਆਪਣੇ ਲੋਕੇ ਸ਼ਾਇਦ ਜ਼ਿਆਦਾ ਕਰਦੇ ਆ ਜਦੋਂ ਕਿਸੇ ਵੀ ਕੰਪਨੀ ਦੇ ਵਿੱਚ ਤੁਸੀਂ ਕੰਮ ਕਰਨਾ ਸ਼ੁਰੂ ਕਰੋਗੇ ਉਹ ਤੁਹਾਡੇ ਤੋਂ ਪਹਿਲਾਂ ਤਾਂ 2 ਹਫ਼ਤਿਆਂ ਦੇ ਪੈਸੇ ਆ ਉਹ ਥੱਲੇ ਰੱਖੂਗਾ ਤੁਹਾਨੂੰ ਪੇ ਨਹੀਂ ਦੇਣੀ ਉਸ ਤੋਂ ਬਾਅਦ ਉਹਨਾਂ 2 ਹਫ਼ਤਿਆਂ ਬਾਅਦ ਤੁਹਾਨੂੰ ਪੈਸੇ ਮਿਲਣਗੇ ਮਤਲਬ ਕਿ ਇੱਕ ਮਹੀਨੇ ਦੇ ਪੈਸੇ ਉਹ ਓਨਰ ਦੇ ਥੱਲੇ ਰਹਿੰਦੇ ਨੇ ਹਨਾ ਵੀ ਜਦੋਂ ਤੁਹਾਨੂੰ ਮਹੀਨਾ ਹੋ ਗਿਆ ਉਸ ਤੋਂ ਬਾਅਦ ਤੁਹਾਨੂੰ ਪਹਿਲੀ ਤਨਖਾਹ ਮਿਲਣੀ ਆ ਉਹਦਾ ਮਕਸਦ ਇਹ ਉਹਨਾਂ ਦਾ ਇਹੀ ਹੁੰਦਾ ਵੀ ਕੱਲ ਨੂੰ ਜੇਕਰ ਇਹ ਬੰਦੇ ਨੇ ਨੁਕਸਾਨ ਕੀਤਾ ਤਾਂ ਇਹਦੇ ਕੋਲੇ ਤੋਂ ਅਸੀਂ ਕਿੱਥੋਂ ਪੈਸੇ ਲਵਾਂਗੇ ਜਿਹੜੇ ਅਸੀਂ ਇਹਦੇ ਪੈਸੇ ਥੱਲੇ ਰੱਖੇ ਹੋਇਆ ਉਹੀ ਪੈਸੇ ਅਸੀਂ ਕੱਟ ਲਾਂਗੇ ਆਪਦੇ ਨੁਕਸਾਨ ਦੇ ਲਈ ਪਰ ਗੱਲ ਇਹ ਵੀ ਆ ਵੀ ਇੱਥੇ ਹਰੇਕ ਬੰਦੇ ਦੀ ਇੰਸ਼ੋਰੈਂਸ ਹੁੰਦੀ ਹੈ ਜਿਵੇਂ ਟਰੱਕਾਂ ਦੀ ਵੀ ਇੰਸ਼ੋਰੈਂਸ ਹੁੰਦੀ ਆ ਜੇਕਰ ਕੱਲ ਨੂੰ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਕੋਈ ਟਰੱਕ ਵੱਜ ਗਿਆ ਤਾਂ ਇੰਸ਼ੋਰੈਂਸ ਨੇ ਕਵਰ ਕਰ ਲੈਣਾ ਤੇ ਪਰ ਫਿਰ ਵੀ ਉਹ ਪੈਸੇ ਰੱਖ ਦੇ ਆਗੇ ਸੋ ਇਸੇ ਤਰੀਕੇ ਮੇਰੇ ਕੁਝ ਪੈਸੇ ਉਹਨਾਂ ਨੇ ਥੱਲੇ ਰੱਖੇ ਹੋਏ ਸੀਗੇ ਤੇ ਜਦੋਂ ਟਰੱਕ ਵੱਜਿਆ ਮੇਰੀ ਕੋਈ ਗਲਤੀ ਵੀ ਨਹੀਂ ਸੀਗੀ ਮੇਰੀਆਂ ਟਿਕਟਾਂ ਵੀ ਕਲੀਅਰ ਹੈ ਕੁਝ ਨਹੀਂ ਮੇਰਾ ਮਤਲਬ ਕਿ ਇਦਾਂ ਨਾ ਹੋਇਆ ਹਨਾ ਪਰ ਫਿਰ ਵੀ ਉਹ ਬੰਦੇ ਨੇ ਮੇਰੇ 4 5000 ਡਾਲਰ ਮੇਰਾ ਉਹ ਬੰਦੇ ਨੇ ਮਾਰ ਲਿਆ ਸੀਗਾ ਮੈਂ ਉਹਨੂੰ ਪੁੱਛਿਆ ਵੀ ਮੈਨੂੰ ਪੈਸੇ ਦੇ ਹਨਾ ਪਰ ਉਹ ਕਹਿੰਦਾ ਵੀ ਤੂੰ ਮੇਰਾ ਟਰੱਕ ਮਾਰਤਾ ਤੂੰ ਮੇਰਾ ਨੁਕਸਾਨ ਕੀਤਾ ਤਾਂ ਤੂੰ ਮੈਨੂੰ ਹੋਰ ਪੈਸੇ ਦੇ ਹਨਾ ਵਾ ਇਹ ਕਹਿ ਕਿ ਉਹਨੇ ਮੈਨੂੰ ਡਰਾਤਾ ਪਰ ਉਸ ਟਾਈਮ ਤੇ ਮੈਨੂੰ ਵੀ ਹਜੇ 1.5 ਦੋ ਸਾਲ ਹੀ ਹੋਏ ਸੀ ਇੱਥੇ ਆਏ ਨੂੰ ਮੈਨੂੰ ਪੂਰਾ ਪਤਾ ਨਹੀਂ ਸੀਗਾ ਹਣਾ ਚਲੋ ਮੈਂ ਉਹ ਚੀਜ਼ ਛੱਡਤੀ ਅੱਜ ਵੀ ਮੈਨੂੰ ਉਹ ਬੰਦਾ ਰੜਕਦਾ ਮੇਰੇ ਅੱਖਾਂ ਦੇ ਵਿੱਚ ਵੀ ਮੈਂ ਉਹ ਬੰਦੇ ਨਾਲ ਮੈਂ ਕਰਾਂ ਜਾ ਕੇ ਹਣਾ ਵੀ ਗੱਲਬਾਤ ਵੀ ਤੂੰ ਮੇਰੇ ਪੈਸੇ ਮਾਰੇ ਸੀਗੇ ਕਿ ਕਿਤੇ ਕੀ ਹੁੰਦਾ ਵਾ ਆਪ ਬਹੁਤ ਔਖਾ ਕੰਮ ਕਰਦੇ ਆ ਇੱਥੇ ਜਿਹੜੀ ਸਟੂਡੈਂਟ ਲਾਈਫ ਹੁੰਦੀ ਹੈ ਬਹੁਤ ਹਾਰਡ ਤੁਸੀਂ ਮੰਨੋਗੇ ਵੀ ਉਹ ਉਹ ਟਰੱਕ ਤੇ ਮੈਂ ਉੱਥੇ ਉਹ ਬੰਦੇ ਕੋਲੇ ਮੈਂ 70 70 ਘੰਟੇ ਕੰਮ ਕਰਦਾ ਸੀ ਕਿਉਂਕਿ ਮੈਨੂੰ ਪੈਸਿਆਂ ਦੀ ਲੋੜ ਸੀ ਕਿ ਫੀਸਾਂ ਭਰਨੀਆਂ ਸੀ ਜਦੋਂ ਵੀ ਆਪਾਂ ਕਿੱਥੋਂ ਪੈਸੇ ਮੰਗਾਉਣੇ ਸੀਗੇ ਪਰ ਜਦੋਂ ਐਦਾਂ ਦੇ ਲੋਕ ਤੁਹਾਡੇ ਪੈਸੇ ਮਾਰਦੇ ਹਨ ਤਾਂ ਫਿਰ ਤੁਹਾਡਾ ਮਨ ਦੁਖੀ ਹੁੰਦਾ ਤੁਹਾਡੇ ਅੰਦਰ ਉਹ ਬਾਦਵਾਵਾਂ ਨਿਕਲਦੀਆਂ ਨੇ ਕਿਉਂਕਿ ਇਹ ਹੁੰਦਾ ਨਾ ਵੀ ਆਪਾਂ ਅੱਗੇ ਖਰਚਾ ਤੋੜਨਾ ਹੁੰਦਾ ਚਲੋ ਤੁਸੀਂ ਇਹ ਗੱਲ ਕਹਿ ਦਿਓ ਵੀ ਚਲੋ ਤੇਰੇ ਤੋਂ ਨੁਕਸਾਨ ਹੋਇਆ ਤੋ 2 ਮਹੀਨੇ ਕੰਮ ਕਰਕੇ ਹਨਾ ਤੂੰ ਆਪਦੇ ਚੈੱਕ ਚੋਂ ਕਟਵਾ ਦੀ ਉਹ ਬੰਦੇ ਨਾਲੇ ਤਾਂ ਕੰਮ ਤੋਂ ਕੱਢਤਾ ਇਹ ਬੰਦੇ ਨੇ ਉਹ ਵੀ ਨਹੀਂ ਦੇਖਿਆ ਵੀ ਇਹ ਬੰਦੇ ਨੇ ਮੇਰੇ ਕੋਲੇ ਸਾਲ ਵੀ ਕੰਮ ਕੀਤਾ ਸੀਗਾ ਚਲ ਸਾਲ ਦੇ ਵਿੱਚ ਕਦੇ ਵੀ ਇਹ ਤਾਂ ਇਹ ਚੀਜ਼ ਨਹੀਂ ਹੋਈ ਤੇ ਕਦੇ ਉਹ ਕਿਸੇ ਨਾਲ ਵੀ ਹੋ ਸਕਦੀ ਹਨਾ ਉਹ ਦਿਨ ਗਿਆ ਫਾਲਟ ਹੀ ਨਹੀਂ ਸੀ ਆਪਣਾ ਆ ਉਹ ਦਿਨ ਗਿਆ ਉਸ ਤੋਂ ਬਾਅਦ ਮੈਂ ਕਦੇ ਵੀ ਆਪਣੇ ਪੰਜਾਬੀ ਕੋਲੇ ਕੰਮ ਨਹੀਂ ਸ਼ੁਰੂ ਕੀਤਾ ਨਾ ਮੈਂ ਚਾਹਿਆ ਉਸ ਤੋਂ ਬਾਅਦ ਮੈਂ ਵੀ ਸਾਲ ਟਰਕਿੰਗ ਦਾ ਕੰਮ ਕੀਤਾ ਅ ਗੋਰਿਆਂ ਦੀ ਕੰਪਨੀ ਦੇ ਵਿੱਚ ਮੈਂ ਕੰਮ ਕੀਤਾ ਉਹ ਬੰਦੇ ਨੇ ਕਦੇ ਵੀ ਮੇਰਾ ਕੋਈ ਪੈਸਾ ਵੀ ਨਹੀਂ ਮਾਰਿਆ ਸੀਗਾ ਤੇ ਨਾ ਹੀ ਉਹ ਬੰਦੇ ਨੇ ਕਦੇ ਅ ਮਤਲਬ ਕਿ ਪੈਸੇ ਰੱਖੇ ਸੀ ਵੀ ਇਹ ਦੋ ਮਹੀਨੇ ਦੇ ਵੀ ਤੇ ਥੱਲੇ ਸੀ ਪੈਸੇ ਰੱਖਾਂਗੇ ਨਾਲੇ ਵੱਧ ਪੇ ਦਿੰਦੇ ਸੀ ਰਿਸਪੈਕਟ ਦਿੰਦੇ ਸੀ ਉਹ ਬੰਦੇ ਹਣਾ ਹਾਂ ਇੱਕ ਰਿਸਪੈਕਟ ਤੋਂ ਇੱਕ ਗੱਲ ਮੈਨੇ ਯਾਦ ਆਈ ਮਤਲਬ ਚਲੋ ਬਹੁਤ ਲੋਕ ਕੀ ਇੱਥੇ ਕਹਿਣਗੇ ਕਿ ਤੁਸੀਂ ਵੀ ਪੰਜਾਬੀਆਂ ਤੁਸੀਂ ਪੰਜਾਬੀਆਂ ਨੂੰ ਕਹਿੰਦੇ ਆ ਪਰ ਬਹੁਤ ਸਾਰੇ ਪੰਜਾਬੀਆਂ ਨੇ ਤੇ ਆ ਜਿਹੜੇ ਜਦੋਂ ਵਰਕਰ ਤੁਹਾਡੇ ਅੰਡਾ ਕੰਮ ਕਰਦਾ ਵਾ ਤਾਂ ਉਹਨੂੰ ਇੱਜ਼ਤ ਵੀ ਨਹੀਂ ਦਿੰਦੇ। ਉਹ ਇਹ ਸਮਝਦੇ ਨੇ ਕਿਉਂਕਿ ਆਪਣੇ ਇੰਡੀਆ ਦੇ ਵਿੱਚ ਕੀ ਆ ਹੁਣ ਵੀ ਉੱਥੇ ਆਪਾਂ ਜਿਵੇਂ ਆਪਾਂ ਕੰਮ ਵਾਲਾ ਬੰਦਾ ਲਿਆਂਦਾ ਹਨਾ ਵੀ ਆਪਾਂ ਉਹਨੂੰ ਦਿਹਾੜਾ ਦਾ ਸਮਝਦੇ ਸਿੱਧੀ ਜੀ ਗੱਲ ਆ ਤੇ ਇੱਥੇ ਵੀ ਉਹ ਕਹਿੰਦੇ ਵੀ ਇਹਦਾ ਲਹੂ ਪੀ ਲਈਏ ਦਿਹਾੜਾ ਦਾ ਆਇਆ ਤੇ ਇਹਦਾ ਇਹ ਤਾਂ ਅਸੀਂ ਕੰਮ ਕਰਵਾਈਏ ਰ ਦੱਬ ਕੇ ਹਨਾ ਜਦੋਂ ਗੋਰੀ ਤੋਂ ਕੰਮ ਕਰਦੀਆਂ ਜਦੋਂ ਐਂਡ ਆਫ ਦਿ ਡੇ ਵੀ ਆ ਗਲਤ ਉਹਨੂੰ ਥੈਂਕ ਯੂ ਕਹਿੰਦਾ ਵਾ ਹਨਾ ਚਾਹੀਦੀ ਵੀ ਤੁਹਾਡੇ ਰਿਸਪੈਕਟ ਕਰਦਾ ਤੁਹਾਨੂੰ ਪ੍ਰੋਪਰ ਬ੍ਰੇਕ ਟਾਈਮ ਮਿਲਦਾ ਵਾ ਕੋਈ ਗਵਰਨਮੈਂਟ ਛੁੱਟੀ ਹੁੰਦੀ ਆ ਉਦੋਂ ਵੀ ਤੁਹਾਨੂੰ ਪੱਧ ਪੇ ਕਰਦੇ ਆ ਪਰ ਆਪਣੇ ਲੋਕੀ ਤਾਂ ਹੁਣ ਜਿਹੜੀਆਂ ਕੁੜੀਆਂ ਰੈਸਟੋਰੈਂਟਾਂ 'ਚ ਕੰਮ ਕਰਦੀਆਂ ਵਾ 8 8 9 9 ਡਾਲਰ ਦਿੰਦੇ ਆ ਜਦਕਿ ਜਿਹੜਾ ਪੇ ਰੇਟ ਚੱਲ ਰਿਹਾ ਉਹ 15 ਡਾਲਰ ਚੱਲ ਰਿਹਾ ਵਾ ਹਾਂ ਇੱਕ ਚੀਜ਼ ਹੋਰ ਵੀ ਉਸ ਤੋਂ ਬਾਅਦ ਮੈਂ ਇੱਕ ਇੱਕ ਟਰੱਕ ਮਕੈਨਿਕ ਕੋਲੇ ਵੀ ਕੰਮ ਕੀਤਾ ਸੀਗਾ ਹਨਾ ਉਹਦੇ ਕੋਲ ਮੈਂ ਲੀਗਲੀ ਕੰਮ ਕੀਤਾ ਸੀਗਾ ਸਿੰਤ ਤੇ ਕੰਮ ਕੀਤਾ ਸੀ ਉਹ ਮਿਨੀਮਮ ਪੈਸੇ ਦਿੰਦਾ ਸੀ ਉਹ ਬੰਦੇ ਨੇ ਐਡੀਆਂ ਕ ਬਤਮੀਜ਼ੀਆਂ ਕੀਤੀ ਐਨੇ ਕ ਮਤਲਬ ਕਿ ਉਹਨੂੰ ਬੋਲਣ ਦੀ ਉਹਨੂੰ ਅਕਲ ਨਹੀਂ ਸੀ ਆਏ ਨੂੰ ਉਹਨੂੰ ਇੱਧਰ ਹੋਗੇ ਸੀ 35 40 ਸਾਲ ਮੈਨੂੰ ਲੱਗਦਾ ਕਿਉਂਕਿ ਆਪਣੀ ਵਰਕਸ਼ਾਪ ਸੀ ਆਪਣਾ ਵਧੀਆ ਕੰਮ ਚੱਲ ਦੋ ਭਰਾ ਸੀਗੇ ਹਨਾ ਤੇ ਉਹ ਬੰਦਾ ਵੀ ਮੈਨੂੰ ਅੱਜ ਰੜਕਦਾ ਉਹ ਬੰਦਾ ਵੀ ਕਿੱਥੇ ਉਹ ਹੈਗਾ ਪਰ ਆ ਗੱਲ ਉਹੀ ਆ ਵੀ ਚਲੋ ਆਪਾਂ ਉਹ ਲੀਵ ਕਰਤਾ ਉਸ ਤੋਂ ਆਪਾਂ ਅੱਜ ਬੈਟਰ ਪੋਜੀਸ਼ਨ ਤੇ ਬੈਠੇ ਆ ਵਧੀਆ ਆਪਾਂ ਚੱਲ ਰਿਹਾ ਸਾਰਾ ਸਿਸਟਮ ਬਣਾ ਬਸ ਗੱਲ ਇਹ ਹੈ ਵੀ ਜਦੋਂ ਤੁਹਾਡੇ ਨਾਲ ਇਦਾਂ ਕਿਤੇ ਹੁੰਦਾਗਾ ਤੇ ਤੁਹਾਡੇ ਦਿਮਾਗ ਦੇ ਵਿੱਚ ਉਹ ਚੀਜ਼ ਰਹਿੰਦੀ ਆ ਕਰ ਵੀ ਅੱਜ ਇੱਥੇ ਦਾ ਮੈਂ ਤੁਹਾਡੇ ਨਾਲ ਇੱਕ ਹੋਰ ਇਨਸੀਡੈਂਟ ਸ਼ੇਅਰ ਕਰਦੀ ਆ ਮੈਂ ਜਿਵੇਂ ਇੱਕ ਲੋਨ ਕੰਪਨੀ 'ਚ ਕੰਮ ਕਰਦੀ ਹੁੰਦੀ ਸੀ ਫਾਈਨੈਂਸ ਉੱਥੇ ਮੇਰੀ ਕੋ-ਵਰਕਰ ਸੀ ਉਹ ਕੁੜੀ ਪੰਜਾਬਣ ਸੀਗੀ ਪਰ ਉਹ ਜੰਮੀਪਲ ਹੀ ਐਡਰ ਸੀ ਪਰ ਪੰਜਾਬੀ ਵਧੀਆ ਬੋਲਦੀ ਸੀਗੀ ਤੇ ਨਾਲ ਕੋਈ ਪੰਜਾਬੀ ਉਹਦੇ ਕੋਲ ਔਨਲਾਈਨ ਤੇ ਉਹਨੇ ਨੋਨ ਦੇ ਦਿੱਤਾ ਹੁਣ ਉਹ ਪੰਜਾਬੀ ਦੇ ਜੜੀ ਕਿਸ਼ਤ ਸੀਗੀ ਨਾ ਉਹ ਬਾਉਂਸ ਹੋ ਗਈ ਉਹਦੇ ਅਕਾਊਂਟ ਦੇ ਵਿੱਚ ਬੈਲੈਂਸ ਨਹੀਂ ਸੀਗਾ ਕਿਸ਼ਤ ਬਾਉਂਸ ਹੋ ਗਈ ਤੇ 40 ਡਾਲਰ ਉਹਨੂੰ ਬਾਅਦ ਪੇ ਕਰਨੇ ਪੈਣੇ ਸੀਗੇ ਕਿਉਂਕਿ ਜਦੋਂ ਕਿਸ਼ਤ ਬਾਉਂਸ ਹੁੰਦੀ ਹੈ ਉਹ ਅਗਲੇ ਦਿਨ ਸਟੋਰ ਤੇ ਆਇਆ ਹਨਾ ਤੇ ਉਹ ਕੁੜੀ ਨੂੰ ਬਹੁਤ ਜ਼ਿਆਦਾ ਬੋਲ ਕੇ ਕਿਹਾ ਮਤਲਬ ਆਪਾਂ ਕਹਿੰਦੇ ਕਿ ਉਹਨੂੰ ਗਾਲਾਂ ਤੱਕ ਵੀ ਕੱਢ ਕੇ ਗਿਆ ਮਤਲਬ ਮੈਂ ਹੁਣ ਇੱਥੇ ਤੁਹਾਨੂੰ ਦੱਸ ਨਹੀਂ ਸਕਦੀ ਜਦਕਿ ਉਹ ਕੁੜੀ ਨੇ ਉਹਨੂੰ ਬੜਾ ਸਮਝਾਇਆ ਕਿ ਮੇਰੀ ਤਾਂ ਗਲਤੀ ਵੀ ਨਹੀਂ ਹੈ ਤੇਰੇ ਅਕਾਊਂਟ 'ਚ ਪੈਸੇ ਨਹੀਂ ਸੀਗੇ ਤਾਂ ਕਰਕੇ ਤੇਰੀ ਕਿਸ਼ਤ ਬਾਉਂਸ ਹੋਈ ਸੋ ਕਈ ਵਾਰ ਆਪਣੇ ਲੋਕਾਂ ਨੂੰ ਅਕਲ ਨਹੀਂ ਹੁੰਦੀ ਇਹ ਦੇਖ ਲੈਂਦੇ ਕਿ ਸਾਹਮਣੇ ਪੰਜਾਬੀ ਕੁੜੀ ਆ ਤੇ ਹਾਲਾਂ ਵੀ ਅਸੀਂ ਇਹਨੂੰ ਜੋ ਮਾਰਦੀ ਕਹਿੰਦੀ ਜਦਕਿ ਉਹ ਉਸ ਜਗ੍ਹਾ ਤੇ ਜੇ ਕੋਈ ਬਲੈਕ ਲੇਡੀ ਕੰਮ ਕਰਦੀ ਹੁੰਦੀ ਗੋਰੀ ਕਰਦੀ ਹੁੰਦੀ ਤਾਂ ਕਦੇ ਵੀ ਸ਼ਾਇਦ ਇਦਾਂ ਨਾ ਬੋਲਦੇ ਕਿਉਂਕਿ ਮੈਨੂੰ ਇਹੀ ਲੱਗਦਾ ਨਾ ਵੀ ਆਪਣੇ ਲੋਕ ਹੁਣ ਇੱਥੇ ਇਹ ਨਾ ਕਹਦੇ ਉਹ ਵੀ ਸਾਰਿਆਂ ਨੂੰ ਤੁਸੀਂ ਟਾਰਗੇਟ ਕਰਤਾ ਯਾਰ ਤੁਸੀਂ ਤਾਂ ਆਪਣੀ ਕਮਿਊਨਿਟੀ ਦਾ ਮਤਲਬ ਕਿ ਨਾਮ ਰੋਸ਼ਨ ਕਰਨਾ ਤੇ ਤੁਸੀਂ ਤਾਂ ਉਹਨਾਂ ਨੂੰ ਏਦਾਂ ਕਹੀ ਜਾਂਦੇ ਹੋ ਨਹੀਂ ਚੰਗੇ ਬੰਦੇ ਵੀ ਬਹੁਤ ਹੈਗੇ ਨੇ ਬਹੁਤ ਵਧੀਆ ਬੰਦੇ ਮਿਲੇ ਨੇ ਸਾਨੂੰ ਹਨਾ ਪਰ ਗੱਲ ਇਹ ਹੈ ਵੀ ਜਦੋਂ ਮਾੜੇ ਟੱਕਰਦੇ ਨੇ ਨਾ ਤੇ ਉਹ ਜਿਹੜੇ ਚੰਗੇ ਬੰਦੇ ਹੁੰਦੇ ਆ ਕਿਤੇ ਉਹਨਾਂ ਨੂੰ ਵੀ ਦੱਬ ਲੈਂਦੇ ਨੇ ਤੇ ਬਹੁਤ ਸਾਰੇ ਲੋਕ ਕੰਮ ਕਰਦੇ ਆ ਪੰਜਾਬੀਆਂ ਕੋਲੇ ਹਨਾ ਪਰ ਉਹਨਾਂ ਦਾ ਵਧੀਆ ਐਕਸਪੀਰੀਅੰਸ ਹੈਗਾ ਪਰ ਜਦੋਂ ਅਸੀਂ ਜਿਨ੍ਹਾਂ ਕੋਲੇ ਕੰਮ ਕੀਤਾ ਉਹਨਾਂ ਦਾ ਸਾਡਾ ਉਹਨਾਂ ਨਾਲ ਬੈਡ ਐਕਸਪੀਰੀਅੰਸ ਹੈ ਕਿਉਂਕਿ ਜਿਵੇਂ ਅਸੀਂ ਐਜੂਕੇਟਿਡ ਸੀਗੇ ਬੰਦੇ ਪੜ੍ਹੇ ਲਿਖੇ ਸਾਨੂੰ ਇਹ ਸੀਗਾ ਵੀ ਅਸੀਂ ਕਿਹੜਾ ਕੋਈ ਆਪਣਾ ਉਦਾਂ ਹੀ ਉੱਠ ਕੇ ਆਏ ਆ ਸਾਰਾ ਬੰਦਾ ਹਰੇਕ ਬੰਦਾ ਮਿਹਨਤ ਕਰਕੇ ਆਉਂਦਾ ਪੜ੍ਹ ਲਿਖ ਕੇ ਆਉਂਦਾ ਤੇ ਪੜ੍ਹੇ ਲਿਖੇ ਬੰਦੇ ਦੀ ਥੋੜੀ ਜਿਆਦਾ ਕਦਰ ਹੁੰਦੀ ਆਗੀ ਤੇ ਜਦੋਂ ਪੁਰਾਣੇ ਲੋਕ ਜਿਹੜੇ ਆਏ ਹੋਏ ਆ ਉਹ ਚਲੋ ਇੰਨੇ ਐਜੂਕੇਟਿਡ ਨਹੀਂ ਸੀਗੇ ਉਸ ਟਾਈਮ ਤੇ ਉਹਨਾਂ ਨੂੰ ਮੌਕੇ ਮਿਲ ਗਏ ਇੱਥੇ ਆਉਣ ਤੇ ਪਰ ਉਹਨਾਂ ਦੀ ਜਿਹੜੀ ਚਲੋ ਵੀ ਸੋਚ ਆ ਗਈ ਮਾਨਸਿਕਤਾ ਉਹ ਉੱਥੇ ਹੀ ਰੁਕੀ ਹੋਈ ਆਗੀ ਤੇ ਇਸੇ ਕਰਕੇ ਮੈਂ ਤਾਂ ਤੁਹਾਨੂੰ ਇਹ ਐਡਵਾਈਸ ਕਰ ਦਣਾ ਨਾ ਵੀ ਜਦੋਂ ਵੀ ਤੁਸੀਂ ਕੈਨੇਡਾ ਆਉਣੇ ਹੋ ਅਵਾਇਡ ਹੀ ਕਰਿਓ ਇਹ ਚੀਜ਼ ਤੋਂ ਹਨਾ ਕਿਉਂਕਿ ਹੋ ਸਕਦਾ ਤੁਹਾਨੂੰ ਚੰਗੇ ਬੰਦੇ ਮਿਲ ਸਕਦੇ ਆ ਪਰ ਤੁਹਾਡੇ ਐਕਸਪੀਰੀਅੰਸ ਵੀ ਮਾੜੇ ਹੋ ਸਕਦੇ ਸਾਡੇ ਤਾਂ ਹੋਏ ਆ ਕਿਸੇ ਕਰਕੇ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੇ ਆ ਸਾਨੂੰ ਨਹੀਂ ਇਸ ਚੀਜ਼ ਦਾ ਡਰ ਵੀ ਕੋਈ ਬੰਦਾ ਇਹ ਕਵੇ ਵੀ ਯਾਰ ਵੀ ਮੈਂ ਤਾਂ ਪੰਜਾਬੀ ਕੋਲੇ ਕੰਮ ਕਰਦਾ ਸੀਗਾ ਤੇ ਮੇਰੇ ਨਾਲ ਤੇ ਕਦੇ ਹੋ ਜਾਣੀ ਹਨਾ ਹੋ ਸਕਦਾ ਤੁਹਾਡਾ ਵਧੀਆ ਬੰਦਾ ਹੋਵੇ ਪਰ ਸਾਡ ਨੂੰ ਤਾਂ ਮਾੜੀ ਟੱਕਰ ਆਗੇ ਜਿਵੇਂ ਇੱਥੇ ਤੁਹਾਡੀਆਂ ਮਜਬੂਰੀਆਂ ਦਾ ਫਾਇਦਾ ਠਾਇਆ ਜਾਂਦਾ ਅ ਕਿਵੇਂ ਤੁਹਾਨੂੰ ਘੱਟ ਪੇ ਦਿੱਤੀ ਜਾਂਦੀ ਆ ਤੁਹਾਡੇ ਪੈਸੇ ਵੀ ਮਾਰੇ ਜਾਂਦੇ ਆ ਹਨਾ ਸੋ ਉਮੀਦ ਕਰਦਾ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜਿੰਨਾ ਲੋਕਾਂ ਨੇ ਇੱਥੇ ਆਉਣਾ ਤੇ ਹਰੇਕ ਬੰਦੇ ਨੂੰ ਹਰੇਕ ਬੰਦੇ ਬਾਰੇ ਪਤਾ ਜ਼ਰੂਰ ਲੱਗੇ ਤੇ ਜੇ ਕਿਸੇ ਨਾਲ ਵੀ ਐਵੇਂ ਜਿਹਾ ਕੁਝ ਵੀ ਹੋਇਆ ਵਾ ਤਾਂ ਕਮੈਂਟ ਬਾਕਸ ਦੇ ਵਿੱਚ ਆਪਣੀ ਕਮੈਂਟ ਜ਼ਰੂਰ ਛੱਡਿਓ ਕਿਉਂਕਿ ਕਿ ਕਈ ਵਾਰ ਕੀ ਹੁੰਦਾ ਵਾ ਕਿ ਤੁਹਾਡੇ ਨਾਲ ਇਹੀ ਜਿਹੀ ਘਟਨਾ ਹੋਈ ਹੁੰਦੀ ਹੈ ਜਿਹਦੇ ਤੋਂ ਜਿਹੜਾ ਤਵਾ ਬੰਦਾ ਵਾ ਉਹ ਪਹਿਲਾਂ ਹੀ ਸੁਚੇਤ ਹੋ ਜਾਂਦਾ ਵਾ ਤੇ ਨਾਲੇ ਸਾਡਾ ਫੇਸਬੁੱਕ ਪੇਜ ਸੋਖਣ ਪਵਨ ਤੇ ਸਾਡਾ YouTube ਪੇਜ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਲਿਓ ਸੋ ਜਲਦੀ ਮਿਲਦੇ ਆਪਾਂ ਇੱਕ ਨਵੇਂ ਟੌਪਿਕ ਦੇ ਨਾਲ ਅੱਜ ਦੇ ਲਈ ਇੰਨਾ ਹੀ ਸਾਰਿਆਂ ਨੂੰ ਸਾਥੇ ਸ਼੍ਰੀ ਅਕਾਲ